ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਆ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਇਹ ਉਹ ਬੁੰਗੇ ਨੇ ਉਹ ਪਵਿੱਤਰ ਸਥਾਨ ਜਿਹੜਾ ਸਿੱਖਾਂ ਨੇ ਬਣਾਇਆ ਸੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ 1783 ਨੂੰ ਜਿੱਥੇ ਔਰੰਗਜ਼ੇਬ ਦਿੱਲੀ ਦਰਬਾਰ ਵਿੱਚ ਬੈਠਦਾ ਸੀ ਉਹਨੂੰ ਤਖਤੇ ਤੌਸ ਕਹਿੰਦੇ ਸੀ ਤੇ ਸਿੱਖਾਂ ਨੇ 1783 ਨੂੰ ਜਿਹੜੀ ਉਹ ਤਖਤੇ ਬੈਠਦਾ ਸੀ ਤਖਤੇ ਤੌਸ ਅੱਜ ਆਪਾਂ ਉਹਦਾ ਦਰਸ਼ਨ ਕਰਦੇ ਹਾਂ ਇਤਿਹਾਸਕ ਸਿੱਲ ਜਿਹਨਾਂ ਨੂੰ ਸਰਦਾਰ ਜੱਸਾ ਸਿੰਘ ਰਾਮਗੜੀਆ ਅਤੇ ਹੋਰ ਸਾਡੇ ਸਿੱਖ ਜਿਹੜੇ ਸੀ ਪੁੱਟ ਲਿਆਏ ਸੀ ਆ ਉਹ ਸਿੱਲ ਆ ਜਿਹੜੀ ਅੱਜ ਸੱਚਖੰਡ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਲਿਆ ਕੇ ਉਹਨਾਂ ਨੇ ਪੈਰਾਂ 'ਚ ਸੁੱਟ ਦਿੱਤੀ ਸੀ ਗੁਰੂ ਦੇ ਕਿ ਔਰੰਗਜ਼ੇਬ ਜਿਹੜਾ ਤੂੰ ਜ਼ੁਲਮ ਕਰਦਾ ਆ ਉਹ ਜ਼ੁਲਮ ਦਾ ਜਵਾਬ ਜਿਹੜਾ ਵਾ ਸਾਡੇ ਗੁਰੂਆਂ ਦੇ ਪੈਰਾਂ 'ਚ ਹੋਏਗਾ ਉਹ ਸਥਾਨ ਜਿਹਤੇ ਤੂੰ ਬੈਠ ਕੇ ਮਾਣ ਕਰਦਾ ਸਾਂ ਤਖਤੇ ਤੌਸ ਨੂੰ ਅੱਜ ਉਹਨੂੰ ਪੁੱਟ ਕੇ ਸਿੱਖ ਦਿੱਲੀ ਤੋਂ ਲਿਆਏ ਸੀ ਘੜੀਸ ਕੇ ਲਿਆਏ ਸੀ ਅੱਜ ਵੀ ਉਹ ਸਿੱਲ ਜਿਹੜੀ ਆ ਸਾਡੇ ਕੋਲ ਇੱਥੇ ਮੌਜੂਦ ਆ ਆਪਾਂ ਨੂੰ ਬਹੁਤ ਨੇੜਿਓਂ ਵੇਖ ਸਕਦੇ ਹਾਂ ਕਿੰਨੇ ਡਿਜ਼ਾਈਨ ਬਣੇ ਨੇ ਇਸ ਤਖਤੇ ਤੌਸ ਦੇ ਉੱਪਰ ਇਹਦੀ ਮੋਟਾਈ ਵੀ ਕਾਫੀ ਜ਼ਿਆਦਾ ਆ ਤੁਸੀਂ ਵੇਖ ਸਕਦੇ ਹੋ ਕਿੰਨੀ ਮੋਟੀ ਸੀ ਇਹਨੂੰ ਧੂ ਕੇ ਲਿਆਏ ਸਨ ਸਿੱਖ ਤੇ ਇਹ ਜਿਹੜੀ ਆ ਅੱਜ ਇਤਿਹਾਸਕ 1783 ਦੀ ਜਿਹੜੀ ਹੈ ਸਥਾਨ ਜਿਹੜਾ ਵਾ ਸਾਂਭਿਆ ਆ ਤੇ ਸਿੱਖ ਕੌਮ ਜਿਹੜੀ ਆ ਇਹ ਸਾਰੇ ਬੁੰਗੇ ਨੇ ਸੱਚਖੰਡ ਦਰਬਾਰ ਸਾਹਿਬ ਜਿਹੜੇ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂਵਾਲੀਆ ਅਤੇ ਹੋਰ ਸਿੱਖਾਂ ਦੇ ਜਿਹੜੇ ਬੁੰਗੇ ਸਨ ਇਹ ਉਹ ਪਵਿੱਤਰ ਸਥਾਨ ਆ ਇਸ ਕਰਕੇ ਜਿਹੜੇ ਵੀ ਬੰਦੇ ਨੇ ਸਿੱਖਾਂ ਨਾਲ ਦੁਸ਼ਮਣੀ ਪਾਈ ਸਿੱਖਾਂ ਨੇ ਉਹਨੂੰ ਠੋਕ ਕੇ ਰੱਖ ਦਿੱਤਾ ਐਵੇਂ ਥੋੜ੍ਹਾ ਸਿੱਖਾਂ ਨੂੰ ਕੋਈ ਦੁਨੀਆ ਯਾਦ ਕਰਦੀ ਆ ਇਹ ਹੇਠਾਂ ਪੌੜੀਆਂ ਜਾਂਦੀਆਂ ਨੇ ਬੁੰਗਿਆਂ ਨੂੰ ਤੁਸੀਂ ਵੇਖ ਸਕਦੇ ਹੋ ਇਹ ਬੁੰਗਾ ਜੱਸਾ ਸਿੰਘ ਰਾਮਗੜੀਆ ਸਾਹਿਬ ਦੀ ਯਾਦ ਮਿੱਠੀ ਯਾਦ ਦੇ ਵਿੱਚ ਬਣਿਆ ਹੋਇਆ ਇਹ ਸਾਰੇ ਬੁੰਗੇ ਨਾਨਕ ਸ਼ਾਹੀ ਇੱਟ ਦੇ ਨਾਲ ਬਣੇ ਹੋਏ ਨੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਕਰਕੇ ਸਿੱਖ ਕੌਮ ਜਹੀ ਕੌਮ ਆ ਵਿਸ਼ਵ ਦੇ ਵਿੱਚ ਜਿਹਨਾਂ ਔਰੰਗਜ਼ੇਬ ਦਾ ਤਖਤੇ ਤੌਸ ਹੀ ਪੁੱਟ ਕੇ ਲੈ ਆਉਂਦਾ ਘੜੀਸ ਘੜੀਸ ਕੇ ਲੈ ਆਉਂਦਾ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।